ਕਿ ਮੈਨੂੰ ਤਾਂ ਪੱਛਮੀ ਬੰਗਾਲ ਅਤੇ ਬਿਹਾਰ ਤੋਂ ਬਾਅਦ ਹੁਣ ਪੰਜਾਬ ਵਿੱਚ ਹੋਣ ਵਾਲੀਆਂ ਚੋਣ ਰੈਲੀਆਂ ਤੋਂ ਡਰ ਲੱਗਦਾ ਹੈ। ਮਨਪ੍ਰੀਤ ਸਿੰਘ ਬਾਦਲ ਵੀ ਆਮ ਆਦਮੀ ਪਾਰਟੀ ਨਾਲ ਹੱਥ ਮਿਲਾ ਸਕਦੇ ਹਨ। ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਮੁੱਖ ਮੰਤਰੀ ਦੀ ਕੁਰਸੀ ਸੰਭਾਲ ਕੇ ਰੱਖਣਾ ਚਾਹੁੰਦੇ ਆ। ਨਵਜੋਤ ਸਿੰਘ ਸਿੱਧੂ ਉਸੇ ਮੁੱਖ ਮੰਤਰੀ ਦੀ ਕੁਰਸੀ ਨੂੰ ਹੱਥ ਮਾਰ ਲੈਣਾ ਚਾਹੁੰਦੇ ਆ। ਹੁਣ ਚਰਨਜੀਤ ਸਿੰਘ ਚੰਨੀ ਜਦੋਂ ਲਗਾਤਾਰ ਐਲਾਨ 'ਤੇ ਐਲਾਨ ਕਰਦੇ ਜਾ ਰਹੇ ਆ ਤਾਂ ਉਹਨਾਂ ਨੇ ਕਦੇ ਵੀ ਖਜ਼ਾਨੇ ਨੂੰ ਲੈ ਕੇ ਆਪਣੇ ਜਿਹੜੇ ਆ ਬੁੱਲ ਨਹੀਂ ਖੋਲ੍ਹੇ। ਦ ਖਾਲਸ ਟੀਵੀ ਪਰਿਵਾਰ ਵੱਲੋਂ ਆਪ ਸਭ ਨੂੰ ਨਵਾਂ ਬਾਰਾ ਮੁਬਾਰਕ। ਖੁਸ਼ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ ਵਿੱਚ ਰਹੋ। ਸਾਡੇ ਰੋਜ਼ਾਨਾ ਦੇ ਸ਼ੋਅ ਖਾਲਸ ਸਪੈਸ਼ਲ ਵਿੱਚ ਤੁਹਾਡਾ ਸਵਾਗਤ ਹੈ। ਹੋਸਟ ਕਮਲਜੀਤ ਸਿੰਘ ਮਨਵੈਦ ਦੀ ਸਤਿ ਸ਼੍ਰੀ ਅਕਾਲ। ਪਿਛਲੇ ਸਾਲ ਸਿਆਸੀ ਉਥਲ ਪੁਥਲ ਤਾਂ ਪੰਜਾਬ ਵਿੱਚ ਮੱਚੀ ਰਹੀ, ਪਰ ਕੋਰੋਨਾ ਦੇ ਸੰਤਾਪ ਨੂੰ ਵੀ ਭੁੱਲਿਆ ਨਹੀਂ ਜਾ ਸਕਦਾ। 2020 ਦਾ ਉਹ ਬਰਾ ਸੀ ਜਦੋਂ ਆਪਣਿਆਂ ਦਾ ਸੰਸਕਾਰ ਕਰਨ ਲਈ ਲੋਕਾਂ ਨੂੰ ਲਾਈਨਾਂ 'ਚ ਲੱਗਣਾ ਪਿਆ, ਗੰਗਾ ਵਿੱਚ ਤੈਰਦੀਆਂ ਲਾਸ਼ਾਂ ਮਿਲੀਆਂ। ਅਤੇ ਦੁੱਖ ਨਾਲ ਇਹ ਵੀ ਕਹਿ ਦਾਂ ਕਿ ਉਹ ਸਮਾਂ ਵੀ ਆਇਆ ਜਦੋਂ ਆਪਣੇ ਹੀ ਆਪਣਿਆਂ ਦਾ ਸੰਸਕਾਰ ਕਰਨ ਤੋਂ ਭੱਜ ਗਏ। ਹੁਣ ਵੀ ਹਾਲਾਤ ਜਿਹੜੇ ਆ ਬੜੇ ਨਾਜ਼ੁਕ ਆ। ਕਰੋਨਾ ਦਾ ਕਹਿਰ ਉਵੇਂ ਹੀ ਮੁੜ ਜਿਹੜਾ ਆ ਰਿਹਾ, ਕਿਹਾ ਇਹ ਜਾ ਰਿਹਾ ਕਿ ਤੀਜੀ ਲਹਿਰ ਪਹਿਲਾਂ ਤੋਂ ਵੀ ਜ਼ਿਆਦਾ ਮਹਾਂਮਾਰੀ ਅਤੇ ਸੁਨਾਮੀ ਬਣ ਸਕਦੀ ਆ। ਰੱਬ ਖੈਰ ਕਰੇ, ਤੁਸੀਂ ਸੁਚੇਤ ਰਹੋ। ਪਰ ਮੈਂ ਜੇ ਨੂੰ ਸੱਚ ਕਹਿ ਦਾਂ ਤਾਂ ਇਹ ਕਿ ਮੈਨੂੰ ਤਾਂ ਪੱਛਮੀ ਬੰਗਾਲ ਅਤੇ ਬਿਹਾਰ ਤੋਂ ਬਾਅਦ ਹੁਣ ਪੰਜਾਬ ਵਿੱਚ ਹੋਣ ਵਾਲੀਆਂ ਚੋਣ ਰੈਲੀਆਂ ਤੋਂ ਡਰ ਲੱਗਦਾ ਹੈ। ਨਵੇਂ ਸਾਲ ਦੇ ਆਖਰੀ ਦਿਨ ਅਸੀਂ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ, ਬੜੀ ਹੈਰਾਨੀਜਨਕ ਖਬਰ, ਕਿ ਨਵਜੋਤ ਸਿੰਘ ਸਿੱਧੂ ਅਤੇ ਭਗਵੰਤ ਮਾਨ ਹੱਥ ਮਿਲਾ ਸਕਦੇ ਆ। ਇਹ ਵੀ ਹੋ ਸਕਦਾ ਕਿ ਕੁਰਸੀ ਮੁੱਖ ਮੰਤਰੀ ਦੀ ਮੱਲਣ ਲਈ ਨਵਜੋਤ ਸਿੰਘ ਸਿੱਧੂ ਆਪ ਨਾਲ ਹੱਥ ਮਿਲਾ ਲੈਣ। ਪਰ ਨਵੇਂ ਸਾਲ ਦੇ ਪਹਿਲੇ ਦਿਨ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਪੈ ਰਹੀ ਹੈ ਜਾਂ ਕਰ ਰਿਹਾ, ਉਹ ਖਬਰ ਉਸ ਤੋਂ ਵੀ ਵੱਧ ਜਿਹੜੀ ਆ ਅਸਚਰਜ ਆ, ਮੂੰਹ ਵਿੱਚ ਉਂਗਲਾਂ ਪਵਾ ਕੇ ਦੇਣ ਵਾਲੀ ਆ। ਉਹ ਇਹ ਕਿ ਪੰਜਾਬ ਕਾਂਗਰਸ ਦੇ ਚਾਣਕੀਆ ਮਨਪ੍ਰੀਤ ਸਿੰਘ ਬਾਦਲ ਵੀ ਆਮ ਆਦਮੀ ਪਾਰਟੀ ਨਾਲ ਹੱਥ ਮਿਲਾ ਸਕਦੇ ਹਨ। ਗੱਲ ਉੱਚ ਭਰੋਸੇ ਸੂਤਰਾਂ ਦੀ ਆ ਕਿ ਪਿਛਲੇ ਦਿਨੀ ਪੰਜਾਬ ਕਾਂਗਰਸ ਦੇ ਚਾਣਕੀਆ ਦੀ ਆਮ ਆਦਮੀ ਪਾਰਟੀ ਨਾਲ ਜਿਹੜੀਆਂ ਮੀਟਿੰਗਾਂ ਹੋ ਚੁੱਕੀਆਂ, ਪਰ ਪਤਾ ਇਹ ਲੱਗਾ ਕਿ ਮਨਪ੍ਰੀਤ ਸਿੰਘ ਬਾਦਲ ਕਹਿ ਰਹੇ ਨੇ ਕਿ ਜੇ ਉਹ ਕਾਂਗਰਸ ਵਿੱਚ ਛੱਡ ਕੇ ਆਮ ਆਦਮੀ ਪਾਰਟੀ 'ਚ ਲਿਆਉਣਾ ਉਹਨਾਂ ਨੂੰ, ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਲਿਖਤੀ ਤੌਰ 'ਤੇ ਭਰੋਸਾ ਦਿੱਤਾ ਜਾਵੇ ਕਿ ਮੁੱਖ ਮੰਤਰੀ ਦੀ ਕੁਰਸੀ ਜਿਹੜੀ ਉਹਨੂੰ ਦਿੱਤੀ ਜਾਵੇਗੀ। ਪਰ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਅੰਦਰੂਨੀ ਕਾਂਗਰਸ ਦੀ ਅੰਦਰੂਨੀ ਲੜਾਈ ਦੀ, ਤਾਂ ਕਿਤੇ ਕਿਤੇ ਇਹ ਵੀ ਭੁਲੇਖਾ ਪੈ ਰਿਹਾ ਸੀ ਕਿ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੀ ਜੇ ਤੈਅ ਨਹੀਂ ਬੈਠਦੀ ਤਾਂ ਮਨਪ੍ਰੀਤ ਸਿੰਘ ਬਾਦਲ ਦਾ ਦਾਅ ਵੀ ਲੱਗ ਸਕਦਾ। ਮਨਪ੍ਰੀਤ ਸਿੰਘ ਬਾਦਲ ਉਹ ਸ਼ਖਸੀਅਤ ਨੇ ਜਿਨ੍ਹਾਂ ਦੀ ਇਸ ਵੇਲੇ ਰਾਹੁਲ ਗਾਂਧੀ ਨਾਲ ਪੰਜਾਬ ਵਿੱਚੋਂ ਲਗਭਗ ਸਭ ਤੋਂ ਵੱਧ ਨੇੜਤਾ ਆ। ਅਤੇ ਤੁਹਾਨੂੰ ਇਹ ਵੀ ਚੇਤੇ ਕਰਾ ਦਾਂ ਕਿ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਸਨ ਤਾਂ ਉਹਨਾਂ ਨੂੰ ਇਹ ਅਹੁਦਾ ਦਿਵਾਉਣ ਲਈ ਮਨਪ੍ਰੀਤ ਸਿੰਘ ਬਾਦਲ ਨੇ ਹੀ ਅਹਿਮ ਰੋਲ ਨਿਭਾਇਆ ਸੀ। ਗੱਲ ਮੁੜ ਮਨਪ੍ਰੀਤ ਸਿੰਘ ਬਾਦਲ ਅਤੇ ਆਪ ਦੀ ਨੇੜਤਾ ਦੀ ਕਰਦਿਆਂ, ਤਾਂ ਉਹ ਇਹ ਕਿ ਮਨਪ੍ਰੀਤ ਸਿੰਘ ਬਾਦਲ ਸ਼ੁਰੂ ਵਿੱਚ ਜਦੋਂ ਸਿਆਸਤ ਵਿੱਚ ਆਏ ਆ ਤਾਂ ਉਹਨਾਂ ਨੇ ਪੈਰ ਰੱਖਿਆ ਸੀ ਸ਼੍ਰੋਮਣੀ ਅਕਾਲੀ ਦਲ ਰਾਹੀਂ। ਸ਼੍ਰੋਮਣੀ ਅਕਾਲੀ ਦਲ ਵਿੱਚ ਉਹਨਾਂ ਦਾ ਜਿਹੜਾ ਖਾਸਾ ਸਥਾਨ ਰਿਹਾ, ਉਹਨਾਂ ਦੇ ਜਿਹੜੇ ਚਾਚਾ ਜੀ ਪ੍ਰਕਾਸ਼ ਸਿੰਘ ਬਾਦਲ ਉਹ ਇਸ ਵੇਲੇ ਅਕਾਲੀ ਦਲ ਦੇ ਸਰਪ੍ਰਸਤ ਆ, ਉਹਨਾਂ ਦੇ ਚਚੇਰੇ ਭਰਾ ਅਕਾਲੀ ਦਲ ਦੇ ਪ੍ਰਧਾਨ ਆ, ਅਤੇ ਮਨਪ੍ਰੀਤ ਸਿੰਘ ਬਾਦਲ ਬਾਦਲਾਂ ਦੀ ਸਰਕਾਰ ਵਿੱਚ ਖਜ਼ਾਨਾ ਮੰਤਰੀ ਰਹੇ ਆ। ਪਰ ਤਿੜਫੜ ਹੋਣ ਤੋਂ ਬਾਅਦ ਉਹਨਾਂ ਨੇ ਇੱਕ ਪੀਪਲਸ ਪਾਰਟੀ ਆਫ ਪੰਜਾਬ ਬਣਾ ਲਈ ਸੀ, ਅਤੇ ਉਸ ਪੀਪਲਸ ਪਾਰਟੀ ਆਫ ਪੰਜਾਬ ਵਿੱਚ ਭਗਵੰਤ ਮਾਨ ਵੀ ਉਹਨਾਂ ਨਾਲ ਪੂਰੀ ਤਕੜੀ ਤਰ੍ਹਾਂ ਮੋਢੇ ਨਾਲ ਮੋਢੇ ਨਾਲ ਖੜ੍ਹੇ ਸੀਗੇ। ਸੋ ਭਗਵੰਤ ਮਾਨ ਅਤੇ ਪੰਜਾਬ ਕਾਂਗਰਸ ਦੇ ਜਿਹੜੇ ਚਾਣਕੀਆ ਆ ਉਹਨਾਂ ਦੀ ਨੇੜਤਾ ਪੁਰਾਣੀ ਆ, ਅਤੇ ਇਸ ਕਰਕੇ ਗੱਲ ਇਹ ਕਿਸੇ ਹੱਦ ਤੱਕ ਮਨ ਨੂੰ ਲੱਗਦੀ ਵੀ ਆ ਕਿ ਹੋ ਸਕਦਾ, ਕਿਉਂਕਿ ਇਸ ਵੇਲੇ ਜੇ ਸੱਚ ਕਿਹਾ ਜਾਵੇ ਤਾਂ ਇਸ ਵੇਲੇ ਕਿ ਜਿਹੜੀ ਪਾਰਟੀ ਇੱਕ ਅਕਾਲੀ ਦਲ ਨੂੰ ਛੱਡ ਕੇ ਸਭ ਦੀ ਜਿਹੜੀ ਦੌੜ ਆ ਉਹ ਚੋਣਾਂ ਜਿੱਤਣ ਦੀ ਨਹੀਂ ਹੈਗੀ, ਮੁੱਖ ਮੰਤਰੀ ਦੀ ਕੁਰਸੀ ਨੂੰ ਹੱਥ ਪਾਉਣ ਦੀ ਆ। ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਮੁੱਖ ਮੰਤਰੀ ਦੀ ਕੁਰਸੀ ਸੰਭਾਲ ਕੇ ਰੱਖਣਾ ਚਾਹੁੰਦੇ ਆ, ਨਵਜੋਤ ਸਿੰਘ ਸਿੱਧੂ ਉਸੇ ਮੁੱਖ ਮੰਤਰੀ ਦੀ ਕੁਰਸੀ ਨੂੰ ਹੱਥ ਮਾਰ ਲੈਣਾ ਚਾਹੁੰਦੇ ਆ,
ਕਿਸਾਨ ਨੇਤਾ ਬਲਵੀਰ ਸਿੰਘ ਰਾਜੇਵਾਲ ਜਿਹੜੇ ਆ ਉਹ ਵੀ ਇਸੇ ਦੌੜ 'ਚ ਲੱਗੇ ਹੋਏ ਆ। ਅਤੇ ਇਸੇ ਤਰ੍ਹਾਂ ਆਪਾਂ ਗੱਲ ਕਰ ਲਈਏ ਕਿ ਕਿਸੇ ਵੇਲੇ ਪ੍ਰਤਾਪ ਸਿੰਘ ਬਾਜਵਾ ਵੀ ਸੱਤੇ ਅੱਖ ਰੱਖੀ ਬੈਠੇ ਸਨ, ਅਤੇ ਹੁਣ ਭਾਜਪਾ ਦੇ ਮੋਢੇ 'ਤੇ ਹੱਥ ਰੱਖ ਕੇ ਕੈਪਟਨ ਅਮਰਿੰਦਰ ਸਿੰਘ ਦੀ ਆਖਿਆ ਜਿਹੜੀ ਉਹ ਵੀ ਕਦੇ ਕਦੇ ਮੁੱਖ ਮੰਤਰੀ ਕੁਰਸੀ ਵੱਲ ਨੂੰ ਘੁੰਮ ਜਾਂਦੀ ਆ। ਸੋ ਮਨਪ੍ਰੀਤ ਸਿੰਘ ਬਾਦਲ ਜਿਨ੍ਹਾਂ ਦੀ ਇਸ ਵੇਲੇ ਪੰਜਾਬ ਕਾਂਗਰਸ ਆਪਣੀ ਸਥਿਤੀ ਆ ਉਹ ਕਾਫੀ ਠੋਸ ਆ, ਉਹ ਸੋਲਿਡ ਆ, ਉਹ ਮੁੱਖ ਮੰਤਰੀ ਦੀ ਕੁਰਸੀ ਕਰਕੇ ਸ਼ਾਇਦ ਜੇ ਡੋਲ ਸਕਦੇ ਆ ਤਾਂ ਇਹ ਸਾਡੇ ਸੂਤਰਾਂ ਦਾ ਦਾਅਵਾ ਆ। ਪਰ ਫਿਰ ਮੈਂ ਕਹਿੰਦਾ ਕਿਉਂਕਿ ਜਿਹੜੀ ਪੰਜਾਬ ਦੀ ਸਿਆਸਤ ਆ ਉਹ ਪਲ ਪਲ ਬਦਲਦੀ ਆ, ਨਿੱਤ ਜਿਹੜੀ ਨਵੀਂ ਖਬਰ ਆ ਉਹ ਜੁੜਦੀ ਆ, ਇਸ ਕਰਕੇ ਇਹ ਪੱਥਰ 'ਤੇ ਲਕੀਰ ਮੰਨ ਲੈਣਾ ਕਿ ਪੰਜਾਬ ਕਾਂਗਰਸ ਦੇ ਚਾਣਕੀ ਆ ਮਨਪ੍ਰੀਤ ਸਿੰਘ ਬਾਦਲ ਆਪ ਚਲੇ ਹੀ ਜਾਣਗੇ, ਇਹ ਕੋਈ ਗਰੰਟੀ ਨਹੀਂ। ਜੇ ਗਰੰਟੀਆਂ ਦੇ ਸਕਦੇ ਆ ਤਾਂ ਸਿਰਫ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਕਿਉਂਕਿ ਇੱਥੇ ਜਿਹੜੀ ਗੱਲ ਇੱਕ ਹੋਰ ਨਾਲ ਜੁੜਦੀ ਕਰਨੀ ਬਣਦੀ ਆ ਉਹ ਇਹ ਕਿ ਸਭ ਤੋਂ ਪਹਿਲਾਂ ਗੱਲ ਇਹ ਚੱਲੀ ਸੀ ਕਿ ਕਿਸਾਨ ਨੇਤਾ ਬਲਵੀਰ ਸਿੰਘ ਰਾਜੇਵਾਲ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਹੋ ਸਕਦੇ ਆ। ਲੰਮੀਆਂ ਮੀਟਿੰਗਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਦੀ ਤੈਅ ਨਹੀਂ ਬੈਠੀ, ਉਸ ਤੋਂ ਬਾਅਦ ਗੱਲ ਕਈ ਪਾਸੇ ਤੁਰ ਪਈ ਰਾਜੇਵਾਲ ਹੋਣਾਂ ਦੀ ਕਿ ਉਹ ਬਾਇਆ ਪੰਜਾਬ ਮੁਕਤੀ ਮੋਰਚਾ ਜਿਹੜਾ ਆ ਉਹ ਕੁਰਸੀ ਤੱਕ ਪਹੁੰਚਣਾ ਚਾਹੁੰਦੇ ਆ ਇਸੇ ਤਰ੍ਹਾਂ, ਕਿਉਂਕਿ ਨਹੀਂ ਚਿਹਰਾ ਲੱਭ ਰਿਹਾ ਆਮ ਆਦਮੀ ਪਾਰਟੀ ਨੂੰ। ਅਤੇ ਗੱਲ ਇਹ ਵੀ ਤੁਰ ਪਈ ਸੀ ਕਿ ਉਹ ਨਵਜੋਤ ਸਿੰਘ ਸਿੱਧੂ ਤੱਕ ਜਿਹੜੀ ਆ ਡਾਇਰੈਕਟਲੀ ਇਨਡਾਇਰੈਕਟਲੀ ਪਹੁੰਚ ਕੀਤੀ ਜਾ ਰਹੀ ਆ, ਜਾਂ ਨਵਜੋਤ ਸਿੰਘ ਸਿੱਧੂ ਵੀ ਜਿਹੜਾ ਆਪਣੀ ਥੋੜ੍ਹੀ ਬਹੁਤੀ ਰੁਚੀ ਦਿਖਾ ਰਹੇ ਆ। ਸੋ ਇਸ ਕਰਕੇ ਜਿਹੜਾ ਕਿਉਂਕਿ ਨਿੱਤ ਬਦਲਦੀ ਸਿਆਸਤ ਆ ਜਾਂ ਸਿਆਸਤਦਾਨ ਜਿਹੜੇ ਆ ਉਹ ਨਿੱਤ ਗਿਰਗਿਟੀ ਤੇ ਰੰਗ ਬਦਲਦੇ ਆ, ਇਸ ਕਰਕੇ ਕੁਝ ਵੀ ਨਾ ਤਾਂ ਲਕੀਰ ਆ ਅਤੇ ਨਾ ਹੀ ਇਹ ਪੱਕੀ ਗੱਲ ਆ। ਪਰ ਹਾਂ ਇੱਕ ਗੱਲ ਆ ਕਿ ਜਿਹੜੇ ਸਰੋਤ ਆ ਜਿਹੜੇ ਸਾਡੇ ਸੋਰਸ ਆ ਉਹ ਬਿਲਕੁਲ ਸੱਚੀ ਇਨਫੋਰਮੇਸ਼ਨ ਦਿੰਦੇ ਆ। ਅਤੇ ਮੈਂ ਇੱਥੇ ਵੀ ਕਹਿਦਾ ਕਿ ਧੂੰਆਂ ਉੱਥੇ ਹੀ ਉੱਠਦਾ ਜਿੱਥੇ ਕੋਈ ਧੂਣੀ ਜਿਹੜੀ ਆ ਉਹ ਤੁਖਦੀ ਹੋਵੇ। ਪਰ ਦੂਜੇ ਬੰਨੇ ਇਹ ਕਿ ਮਨਪ੍ਰੀਤ ਸਿੰਘ ਬਾਦਲ ਪੰਜਾਬ ਕਾਂਗਰਸ ਵਿੱਚ ਇਸ ਵੇਲੇ ਖਜ਼ਾਨਾ ਮੰਤਰੀ ਹੁੰਦਿਆਂ ਇੱਕ ਚੁੱਪੀ ਧਾਰ ਕੇ ਬੈਠੇ ਆ। ਉਹਨਾਂ ਨੇ ਮੁੱਖ ਮੰਤਰੀ ਚਰਨ ਸਿੰਘ ਚੰਨੀ ਨਾਲ ਨੇੜਤਾ ਜਿਹੜੀ ਆ ਉਹ ਵੀ ਇੱਕ ਤਰ੍ਹਾਂ ਨਾਲ ਰੁਕਾ ਕੇ ਰੱਖੀ ਹੋਈ ਆ। ਅਤੇ ਇਹ ਵੀ ਕਹਿ ਲਈਏ ਕਿ ਮਨਪ੍ਰੀਤ ਸਿੰਘ ਬਾਦਲ ਜਿਹੜੇ ਹਮੇਸ਼ਾ ਹੀ ਕੈਪਟਨ ਅਮਰਿੰਦਰ ਸਿੰਘ ਵੇਲੇ ਖਜ਼ਾਨਾ ਖਾਲੀ ਹੋਣ ਦਾ ਢਿਡੋਰਾ ਪਿੱਟਦੇ ਰਹੇ ਆ, ਹੁਣ ਉਹ ਚਰਨ ਸਿੰਘ ਚੰਨੀ ਜਦੋਂ ਲਗਾਤਾਰ ਐਲਾਨ 'ਤੇ ਐਲਾਨ ਕਰਦੇ ਜਾ ਰਹੇ ਆ ਤਾਂ ਉਹਨਾਂ ਨੇ ਕਦੇ ਵੀ ਖਜ਼ਾਨੇ ਨੂੰ ਲੈ ਕੇ ਆਪਣੇ ਜਿਹੜੇ ਆ ਬੁੱਲ ਨਹੀਂ ਖੋਲ੍ਹੇ। ਸੋ ਮਨਪ੍ਰੀਤ ਸਿੰਘ ਬਾਦਲ ਜਿਹੜੇ ਇਸ ਵੇਲੇ ਇੱਕ ਠੋਸ ਪੁਜੀਸ਼ਨ 'ਤੇ ਆ ਕਾਂਗਰਸ ਵਿੱਚ, ਉਹ ਕਿਵੇਂ ਛੱਡ ਕੇ ਜਾ ਸਕਦੇ ਆ ਇਹ ਸਵਾਲ ਜਿਹੜਾ ਆਪਣੇ ਆਪ ਵਿੱਚ ਖੜ੍ਹਾ। ਗੱਲ ਕਿਉਂਕਿ ਕਾਂਗਰਸ ਪਾਰਟੀ ਦੀ ਤੁਰੀ ਆ ਜਾਂ ਮਨਪ੍ਰੀਤ ਸਿੰਘ ਬਾਦਲ ਦੀ, ਪਰ ਕਾਂਗਰਸ ਪਾਰਟੀ ਵਿੱਚ ਬੜਾ ਕੁਝ ਵਾਪਰ ਰਿਹਾ ਅਤੇ ਇੱਥੇ ਇੰਝ ਲੱਗਦਾ ਕਿ ਕਿਸੇ ਦੇ ਅਹੁਦੇ ਜਾਂ ਕੁਰਸੀ ਨੂੰ ਵੀ ਖਤਰਾ ਹੋ ਸਕਦਾ। ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਪਲਟਾਈ ਸੀ, ਅੱਜ ਉਹਨਾਂ ਦੀ ਜਿਹੜੀ ਆਪਣੀ ਕੁਰਸੀ ਆ ਉਹ ਵੀ ਕਾਂਗਰਸ ਵਿੱਚ ਡਾਵਾਂਡੋਲ ਆ। ਆਪਾਂ ਕੱਲ੍ਹ ਇਹ ਗੱਲ ਕੀਤੀ ਸੀ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਸ਼ਰੇਆਮ ਚੈਲੰਜ ਕਰਤਾ ਨਵਜੋਤ ਸਿੰਘ ਸਿੱਧੂ ਨੂੰ ਕਿ ਜੇ ਉਹਦੇ ਵਿੱਚ ਦਮ ਆ ਤਾਂ ਉਹਦੀ ਟਿਕਟ ਕੱਟ ਕੇ ਦਿਖਾਉਣ। ਉਹਨਾਂ ਨੇ ਇਹ ਵੀ ਕਹਿ ਦਿੱਤਾ ਸੀਗਾ ਕਿ ਉਹ ਹੁੰਦਾ ਕੋਈ ਨਾ ਟਿਕਟ ਕੱਟਣ ਵਾਲਾ। ਇਸੇ ਤਰ੍ਹਾਂ ਹੁਣ ਦੁਬਾਰਾ ਉਹਨਾਂ 'ਤੇ ਵਰਨ ਲੱਗੇ ਆ ਭਾਰਤ ਭੂਸ਼ਣ ਆਸ਼ੂ ਜਿਹੜੇ ਲੁਧਿਆਣਾ ਤੋਂ ਕੈਬਨਿਟ ਮੰਤਰੀ ਆ, ਉਹਨਾਂ ਨੇ ਵੀ ਇੱਕ ਕਿਸਮ ਦੀ ਜਿਹੜੀ ਸਿੱਧੂ ਦੀ ਇਸ ਵੇਲੇ ਪ੍ਰਧਾਨਗੀ ਆ ਉਹਨੂੰ ਚੈਲੰਜ ਕੀਤਾ ਹੋਇਆ। ਉਹਨਾਂ ਨੇ ਇਹ ਕਿਹਾ ਕਿ ਸਿੱਧੂ ਨੂੰ ਤਾਂ ਜਿਹੜਾ ਕਾਂਗਰਸ ਦਾ ਕਲਚਰ ਆ ਉਹਦੇ ਬਾਰੇ ਪਤਾ ਹੀ ਨਹੀਂ। ਅਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਦੀ ਅਣਬਣ ਸ਼ੁਰੂ ਹੋ ਗਈ ਸੀਗੀ ਜਿਸ ਦਿਨ ਮੁੱਖ ਮੰਤਰੀ ਦੀ ਚੋਣ ਕੀਤੀ ਗਈ ਸੀਗੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ, ਹੁਣ ਫਿਰ ਮੁੜ ਕੇ ਉਹ ਭੜਕ ਪਏ ਆ ਨਵਜੋਤ ਸਿੰਘ ਸਿੱਧੂ 'ਤੇ, ਕਿਉਂਕਿ ਨਵਜੋਤ ਸਿੰਘ ਸਿੱਧੂ ਗਾਹੇ ਬਗਾਹੇ ਜਿਹੜੇ ਬਿਆਨ ਆ ਉਹ ਦਿੰਦੇ ਰਹਿੰਦੇ ਆ ਗ੍ਰਹਿ ਮੰਤਰੀ ਦੇ ਵਿਰੁੱਧ ਕਿ ਉਹ ਨਸ਼ਿਆਂ ਨੂੰ ਲੈ ਕੇ ਜਾਂ ਵਿਆਦਵੀ ਮਾਮਲਿਆਂ ਲਈ ਕੁਝ ਕਰ ਨਹੀਂ ਰਹੇ। ਅਤੇ ਜਦੋਂ ਹੁਣ ਨਵਜੋਤ ਸਿੰਘ ਸਿੱਧੂ ਨੇ 2 ਦਿਨ ਪਹਿਲਾਂ ਮੁੜ ਬਿਆਨਬਾਜ਼ੀ ਕੀਤੀ ਤਾਂ ਸੁਖਜਿੰਦਰ ਸਿੰਘ ਰੰਧਾਵਾ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਘੇਰ ਲਿਆ। ਸੋ ਨਵਜੋਤ ਸਿੰਘ ਸਿੱਧੂ ਜਿਹੜਾ ਕਿਸੇ ਵੇਲੇ ਸਮਝ ਰਹੇ ਸੀਗੇ ਕਿ ਉਹਨਾਂ ਦੀ ਪ੍ਰਧਾਨਗੀ ਅਤੇ ਮੁੱਖ ਮੰਤਰੀ ਦੀ ਕੁਰਸੀ ਉਹਨਾਂ ਲਈ ਪੱਕੀ ਕੀਤੀ ਪਈ ਆ, ਅੱਜ ਉਹਨਾਂ ਦੀ ਆਪਣੀ ਸਥਿਤੀ ਜਿਹੜੀ ਆ ਉਹ ਡਾਵਾਂਡੋਲ ਆ। ਪਰ ਇੱਥੇ ਇੱਕ ਗੱਲ ਸਾਰੇ ਜੋ ਹਾਲਾਤ ਆ ਉਹਨਾਂ ਨੂੰ ਦੇਖ ਕੇ ਮੇਰੇ ਦਿਮਾਗ 'ਚ ਜ਼ਰੂਰ ਆ ਰਹੀ ਆ ਗੱਲ ਕਿ ਕੀ ਕਿਤੇ ਇਹ ਜਿਹੜੀ ਸਾਰੀ ਖੇਡ ਆ ਇਹ ਹਾਈ ਕਮਾਂਡ ਵੱਲੋਂ ਤਾਂ ਨਹੀਂ ਰਚਾਈ ਜਾ ਰਹੀ। ਅਦਰਵਾਈਜ਼ ਜੋ ਪੰਜਾਬ ਦਾ ਆਪਾਂ ਕਲਚਰ ਦੇਖ ਲਈਏ ਤਾਂ ਉਹਦੇ ਵਿੱਚ ਅਜਿਹਾ ਨਹੀਂ ਕਿ ਜਿਹੜਾ ਕੋਈ ਵੀ ਆਮ ਵਰਕਰ ਆ ਜਾਂ ਅਹੁਦੇਦਾਰ ਆ ਜਾਂ ਕੋਈ ਮੰਤਰੀ ਆ ਜਾਂ ਵਿਧਾਇਕ ਆ ਉਹ ਪ੍ਰਧਾਨ ਨੂੰ ਚੈਲੰਜ ਕਰ ਸਕੇ। ਪਰ ਦੂਜੇ ਬੰਨੇ ਨਵਜੋਤ ਸਿੰਘ ਸਿੱਧੂ ਦੀ ਕੁਰਸੀ ਹਿੱਲਦਿਆਂ ਹੀ ਜਿਹੜੇ ਦੂਜੇ ਕਾਂਗਰਸੀ ਨੇਤਾ ਆ ਜਿਵੇਂ ਸੁਨੀਲ ਜਾਖੜ ਹੋਏ, ਪ੍ਰਤਾਪ ਸਿੰਘ ਬਾਜਵਾ, ਉਹ ਵੀ ਕਾਫੀ ਸਰਗਰਮ ਹੋਏ ਆ। ਸੋ ਇਹ ਕਈ ਤਰ੍ਹਾਂ ਦੇ ਸੰਕੇਤ ਦਿੰਦੇ ਹਨ। ਹੁਣ ਜਿਹੜੀ ਗੱਲ ਇਹਦੇ ਨਾਲ ਇੱਕ ਹੋਰ ਰਲਦੀ ਮਿਲਦੀ ਇਹ ਕਿ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਆਪਾਂ ਗੱਲ ਕੀਤੀ ਆ ਕੁਰਸੀ ਬਾਰੇ ਕਿ ਉਹਨਾਂ ਦੀ ਕੁਰਸੀ ਜਿਹੜੀ ਆ ਡਾਵਾਂਡੋ ਲੱਗਦੀ ਆ,
ਪਰ ਸਾਡੇ ਜਿਹੜੇ ਸੂਤਰ ਆ ਉਹ ਇਹ ਵੀ ਕਹਿੰਦੇ ਆ ਕਿ ਪੰਜਾਬ ਦੇ ਕਈ ਕੈਬਨਿਟ ਮੰਤਰੀ ਜਿਹੜੇ ਆ ਉਹ ਆਪ ਕੈਬਨਿਟ ਜਿਹੜੀ ਕੁਰਸੀ ਆ ਉਹ ਛੱਡ ਕੇ ਜਾਣ ਨੂੰ ਫਿਰਦੇ ਆ, ਝੰਡੀ ਵਾਲੀ ਕਾਰ ਜਿਹੜੀ ਆ ਉਹਨੂੰ ਉਹ ਛੱਡਣਾ ਚਾਹੁੰਦੇ ਆ। ਗੱਲ ਸਿਰਫ 3 ਦਿਨਾਂ ਦੀ ਵਿਚਾਲੇ ਰਹਿ ਗਈ। 5 ਜਨਵਰੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਵਿੱਚ ਆ ਰਹੇ ਨੇ ਇੱਕ ਰੈਲੀ ਕਰਨ। ਵੈਸੇ ਤਾਂ ਮੈਂ ਜਿਵੇਂ ਗੱਲ ਕਰੋਨਾ ਦੀ ਕੀਤੀ ਆ, ਉਹਨਾਂ ਦੀ ਰੈਲੀ ਵਿੱਚ ਵੱਡਾ ਇਕੱਠ ਹੋਣਾ ਅਤੇ ਡਰ ਲੱਗਦਾ ਉਹਨਾਂ ਦੀ ਰੈਲੀ ਤੋਂ ਕਿ ਕਿਧਰੇ ਜਿਹੜੀ ਇਹ ਰੈਲੀ ਆ ਉਹਨਾਂ ਦੀ ਇਹ ਕਰੋਨਾ ਨੂੰ ਸੱਚਮੁੱਚ ਤੇਜ਼ੀ ਨਾਲ ਫੈਲਣ ਵਿੱਚ ਜਿਹੜਾ ਆ ਉਹਦਾ ਸੁਭਾਵਨਾ ਬਣ ਜਾਏ। ਇਸ ਪੱਖੋਂ ਜਿਹੜਾ ਇੱਕ ਡਰ ਲੱਗਦਾ, ਪਰ ਫਿਰ ਵੀ ਕਿਉਂਕਿ ਲੋਕਾਂ ਨੇ ਆਪਣੀਆਂ ਰਾਜਸੀ ਨੇਤਾਵਾਂ ਨੇ ਟਿਕਟਾਂ ਪੱਕੀਆਂ ਕਰਨੀਆਂ ਹੁੰਦੀਆਂ, ਨੇੜਤਾ ਦਿਖਾਉਣੀ ਹੁੰਦੀ ਆ, ਉਹ ਲੱਖਾਂ ਵਿੱਚ ਇਕੱਠ ਜਿਹੜਾ ਆ ਉਹ ਜ਼ਰੂਰ ਕਰਕੇ ਦਿਖਾਉਣਗੇ। ਪਤਾ ਇਹ ਲੱਗਾ ਕਿ ਪੰਜਾਬ ਦੀ ਜਿਹੜੀ ਇਸ ਵੇਲੇ ਦੀ ਕੈਬਨਿਟ ਆ ਉਹਦੇ ਵਿੱਚੋਂ ਘੱਟੋ ਘੱਟ 3 ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਆਉਂਦੇ ਆ ਫਿਰੋਜ਼ਪੁਰ ਤਾਂ ਉਹਨਾਂ ਦੇ ਬੇੜੇ ਵਿੱਚ ਸਵਾਰ ਹੋਣਗੇ। ਅਤੇ ਪਤਾ ਇਹ ਵੀ ਲੱਗਾ ਕਿ ਪੰਜਾਬ ਵਿੱਚ ਜਿਹੜੀਆਂ 2-3 ਮਹਿਲਾਵਾਂ ਕੈਬਨਿਟ ਮਿਨਿਸਟਰ ਹਨ ਉਹਨਾਂ ਵਿੱਚੋਂ ਇੱਕ ਦੀ ਮਿਨਿਸਟਰ ਜਿਹੜੀ ਆ ਉਹ ਵੀ ਤਿੜਕ ਸਕਦੀ ਆ। ਪਰ ਇਸ ਤੋਂ ਪਹਿਲਾਂ ਜਿਹੜੇ ਆ ਗੱਲ ਚੱਲੀ ਸੀ ਰਾਣਾ ਗੁਰਜੀਤ ਸਿੰਘ ਬਾਰੇ ਜਾਂ ਤ੍ਰਿਪਤ ਸਿੰਘ ਬਾਜਵਾ ਬਾਰੇ, ਬ੍ਰਹਮਿੰਦਰਾ ਬਾਰੇ, ਉਹ ਕੁਝ ਵੀ ਜਿਹੜਾ ਹਾਲੇ ਹਾਲ ਦੀ ਘੜੀ ਆ ਉੱਥੇ ਹੀ ਟਿਕਿਆ ਹੋਇਆ। ਉਸ ਤੋਂ ਚਾਹੇ ਮੰਤਰੀ ਜਿਹੜੇ ਆ ਉਹ ਮੁੱਕਰਦੇ ਰਹੇ ਆ, ਪਰ ਸਾਡੇ ਜਿਹੜੇ ਸੋਰਸਿਸ ਆ ਉਹ ਹਾਲੇ ਵੀ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਕਿ ਮੰਤਰੀਆਂ ਨੇ ਆਪਣਾ ਮਨ ਬਦਲ ਲਿਆ। ਇਹ ਵੱਖਰੀ ਗੱਲ ਆ ਕਿ ਪਾਰਟੀ ਵੱਲੋਂ ਉਹਨਾਂ 'ਤੇ ਦਬਾਅ ਪਾਇਆ ਗਿਆ, ਉਹਨਾਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਆ, ਜਾਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਉਹਨਾਂ ਦੀ ਟਿਕਟ ਆ ਉਹ ਪੱਕੀ ਆ, ਪਰ ਜੇ ਕੁਝ ਅਜਿਹਾ ਹੋਵੇ ਤਾਂ ਪੰਜਾਬ ਦੇ 3-4 ਕੈਬਨਿਟ ਮੰਤਰੀ ਜਿਹੜੇ ਆ ਉਹ ਟਿਕਟ ਆਪਣਾ ਹਲਕਾ ਜਿਹੜਾ ਆ ਉਹ ਬਦਲਣ ਲਈ ਜਿਹੜੀ ਆਪਸ਼ਨ ਆ ਉਹ ਕਿਉਂ ਦਿੰਦੇ ਫਿਰਨ। ਕਿਹਾ ਇਹ ਵੀ ਜਾਂਦਾ ਕਿ ਕਾਂਗਰਸ ਵੱਲੋਂ ਜਿਹੜੀ ਉਮੀਦਵਾਰਾਂ ਦੀ ਸੰਭਾਵਿਤ ਸੂਚੀ ਆ ਉਹ 5 ਜਨਵਰੀ ਦੀ ਰੈਲੀ ਤੋਂ ਬਾਅਦ ਜਾਰੀ ਕੀਤੀ ਜਾਊਗੀ, ਤਾਂ ਕਿ ਜਿਹੜੇ ਕਾਂਗਰਸੀ ਜਿਹਨੂੰ ਟਿਕਟਾਂ ਨਹੀਂ ਮਿਲਣੀਆਂ ਉਹ ਕਿਤੇ ਉਸ ਦਿਨ ਵੀ ਪ੍ਰਧਾਨ ਮੰਤਰੀ ਦੇ ਬੇੜੇ ਵਿੱਚ ਸਵਾਰ ਨਾ ਹੋ ਜਾਣ। ਪਰ ਸੋਰਸ ਫਿਰ ਵੀ ਇਸ ਗੱਲ 'ਤੇ ਟਿਕੇ ਹੋਏ ਆ ਕਿ ਪੰਜਾਬ ਦੇ 1 ਦਰਜਨ ਦੇ ਵਿਧਾਇਕ ਜਿਹੜੇ ਆ ਉਹ ਭਾਜਪਾ ਵਿੱਚ ਜਾਣ ਦਾ ਮਨ ਬਣਾ ਚੁੱਕੇ ਆ। ਹੁਣ ਪੰਜਾਬ ਸਿਆਸਤ ਦੇ ਨਾਲ ਜਿਹੜੀ ਕਿਸਾਨਾਂ ਦੀ ਭੂਮਿਕਾ ਅਹਿਮ ਆ ਉਹ ਵੀ ਜੁੜੀ ਹੋਈ ਆ। ਇੱਕ ਤਾਂ ਇਹ ਕਿ 9 ਕਿਸਾਨ ਜਥੇਬੰਦੀਆਂ ਨੇ ਇਹ ਐਲਾਨ ਕਰਤਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਘਿਰਾਓ ਕਰਨਗੇ ਫਿਰੋਜ਼ਪੁਰ ਵਿੱਚ। ਪਰ ਇਹ ਜਿਹੜਾ ਉਹਨਾਂ ਦਾ ਫੈਸਲਾ ਆ ਇਹਨੂੰ ਲੈ ਕੇ ਕਈ ਤਰ੍ਹਾਂ ਦੇ ਜਿਹੜੇ ਸਵਾਲ ਆ ਉਹ ਤੁਹਾਡੇ ਸਾਡੇ ਸਭ ਦੇ ਮਨ 'ਚ ਖੜ੍ਹੇ ਹੁੰਦੇ ਹੋਣਗੇ ਕਿ ਜਦੋਂ 32 ਕਿਸਾਨ ਜਥੇਬੰਦੀਆਂ ਐਡਾ ਵੱਡਾ ਸੰਘਰਸ਼ ਜਿੱਤ ਗਈਆਂ ਤਾਂ 9 ਕਿਸਾਨ ਜਥੇਬੰਦੀਆਂ ਦੇ ਪ੍ਰੋਟੈਸਟ ਕਰਨ ਨਾਲ ਕਿਤੇ ਕਿਸਾਨ ਜਥੇਬੰਦੀਆਂ ਦਾ ਜਿਹੜਾ ਕੱਦ ਆ ਉਹ ਬੋਨਾ ਨਾ ਹੋ ਜਾਵੇ। ਪਰ ਕਿਸਾਨ ਜਥੇਬੰਦੀਆਂ ਦਾ ਕੱਦ ਤਾਂ ਉਦੋਂ ਹੀ ਬੋਨਾ ਹੋ ਗਿਆ ਸੀ ਜਦੋਂ ਬਲਵੀਰ ਸਿੰਘ ਰਾਜੇਵਾਲ ਨੇ ਇਲੈਕਸ਼ਨ ਲੜਨ ਦਾ ਐਲਾਨ ਕਰ ਦਿੱਤਾ। ਉਹਨਾਂ ਨੇ 22 ਜਥੇਬੰਦੀਆਂ ਆਪਣੇ ਨਾਲ ਹੋਣ ਦਾ ਦਾਅਵਾ ਕੀਤਾ। ਪਰ ਹੁਣ ਜਿਉਂ ਜਿਉਂ ਦਿਨ ਬੀਤਦੇ ਜਾ ਰਹੇ ਆ ਤਾਂ ਉਹਨਾਂ ਦੇ ਜਿਹੜੇ ਨੇੜਲੇ ਸਾਥੀ ਆ ਉਹ ਵੀ ਕਰ ਰਹੇ ਆ। ਪਤਾ ਇਹ ਲੱਗਾ ਕਿ ਹਰਿੰਦਰ ਸਿੰਘ ਰੱਖੋਵਾਲ ਤਾਂ 2 ਦਿਨ ਪਹਿਲਾਂ ਕਹਿ ਗਏ ਸੀ ਕਿ ਉਹ ਇਲੈਕਸ਼ਨ ਨਹੀਂ ਲੜਨਗੇ, ਅਤੇ ਹੁਣ ਜਿਹੜੇ ਹਰਮੀਤ ਸਿੰਘ ਕਾਦੀ ਆ ਉਹਨਾਂ ਦੀ ਖੱਬੀ ਸੱਜੀ ਬਾਂਹ ਸੀਗੇ ਉਹ ਵੀ ਡਬਲ ਮਾਈਂਡਡ ਆ। ਸੋ ਇਸ ਹਾਲਤ ਵਿੱਚ ਬਲਵੀਰ ਸਿੰਘ ਰਾਜੇਵਾਲ ਜਿਹੜੇ ਆ ਉਹ ਕਮਜ਼ੋਰ ਪੈਂਦੇ ਨਜ਼ਰ ਆ ਰਹੇ ਆ। ਇੱਥੇ ਇਹ ਜਿਹੜਾ ਦੱਸ ਦੇਣਾ ਜ਼ਰੂਰੀ ਹੋਵੇਗਾ ਕਿ ਬਲਵੀਰ ਸਿੰਘ ਰਾਜੇਵਾਲ ਨੂੰ ਚਾਹੇ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਆ ਉਹ ਹੁੰਗਾਰਾ ਨਹੀਂ ਮਿਲਿਆ, ਪਰ ਉਹ ਪੰਜਾਬ ਮੁਕਤੀ ਮੋਰਚੇ ਰਾਹੀਂ ਜਿਹੜੇ ਆ ਸਿਆਸਤ ਵਿੱਚ ਪੈਰ ਧਰਨ ਅਤੇ ਮੁੱਖ ਮੰਤਰੀ ਦੀ ਕੁਰਸੀ ਨੂੰ ਹੱਥ ਪਾਉਣ ਲਈ ਕਾਹਲੇ ਆ। ਪਤਾ ਇਹ ਲੱਗਾ ਕਿ ਪੰਜਾਬ ਮੁਕਤੀ ਮੋਰਚੇ ਦੀ ਕੱਲ੍ਹ ਇੱਕ ਮੀਟਿੰਗ ਜਿਹੜੀ ਆ ਉਹ ਬਲਵੀਰ ਸਿੰਘ ਰਾਜੇਵਾਲ ਦੇ ਘਰੇ ਸਮਰਾਲਾ ਵਿੱਚ ਹੋਈ ਆ, ਅਤੇ ਪੰਜਾਬ ਮੁਕਤੀ ਮੋਰਚੇ ਦੇ ਪ੍ਰਧਾਨ ਜਿਹੜੇ ਆ ਬਠਿੰਡਾ ਸਾਹਿਬ ਉਹ ਵੀ ਉਸ ਮੀਟਿੰਗ ਵਿੱਚ ਪਹੁੰਚੇ ਸੀਗੇ। ਅਤੇ ਇਸ ਦੇ ਨਾਲ ਹੀ ਇਹ ਵੀ ਪਤਾ ਲੱਗਾ ਕਿ ਪੰਜਾਬ ਮੁਕਤੀ ਮੋਰਚਾ ਗੁਰਨਾਮ ਸਿੰਘ ਚੜੂਨੀ ਦੇ ਨਾਲ ਵੀ ਸੰਪਰਕ ਵਿੱਚ ਆ, ਅਤੇ ਗੁਰਨਾਮ ਸਿੰਘ ਚੜੂਨੀ ਉਹਨਾਂ ਨੇ ਇਹ ਕਹਿ ਦਿੱਤਾ ਕਿ ਉਹ ਬਲਵੀਰ ਸਿੰਘ ਰਾਜੇਵਾਲ ਭਾਵ ਸਿਆਸਤ ਵਿੱਚ ਪੈਰ ਪੱਕੇ ਕਰਨ ਲਈ ਉਹ ਬਲਵੀਰ ਸਿੰਘ ਰਾਜੇਵਾਲ ਨਾਲ ਵੀ ਮੀਟਿੰਗ ਕਰਨ ਤੋਂ ਗੁਰੇਜ਼ ਨਹੀਂ ਕਰਨਗੇ। ਉਂਝ ਇਸ ਗੱਲ ਦੀ ਪੁਸ਼ਟੀ ਇਸ ਗੱਲ ਤੋਂ ਵੀ ਆ ਕਿ ਕੱਲ੍ਹ ਇੱਕ ਜਿਹੜੀ ਆ ਗੁਰਨਾਮ ਸਿੰਘ ਚੜੂਨੀ ਉਹਨਾਂ ਦੀ ਵੀਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਉਹ ਪੰਜਾਬ ਮੁਕਤੀ ਮੋਰਚੇ ਨਾਲ ਰਲ ਕੇ ਚੋਣਾਂ ਲੜਨ ਦੀ ਅਪੀਲ ਕਰਦੇ ਆ। ਆਪਾਂ ਕੁਝ ਦਿਨ ਪਹਿਲਾਂ ਇਹ ਵੀ ਕਿਹਾ ਸੀਗਾ ਕਿ ਬਲਵੀਰ ਸਿੰਘ ਰਾਜੇਵਾਲ ਨੇ ਇੱਕ ਤੀਜੇ ਘਰ ਦਾ ਦਰਵਾਜ਼ਾ ਵੀ ਖੜਕਾਇਆ ਜੂਝਦਾ ਪੰਜਾਬ। ਜਿਹੜੇ ਗੁਰਦੀਪ ਸਿੰਘ ਬਠਿੰਡਾ ਪੰਜਾਬ ਮੁਕਤੀ ਮੋਰਚੇ ਦੇ ਪ੍ਰਧਾਨ ਆ ਜਿਨ੍ਹਾਂ ਨਾਲ 12 ਜਥੇਬੰਦੀਆਂ ਜੁੜੀਆਂ ਹੋਈਆਂ, ਉਹਨਾਂ ਨੇ ਕਿਹਾ ਕਿ ਸਾਡੇ 'ਤੇ ਕੋਈ ਪਾਬੰਦੀ ਨਹੀਂ, ਅਸੀਂ ਜੋ ਰਵਾਇਤੀ ਪਾਰਟੀਆਂ ਆ ਉਹਨਾਂ ਨੂੰ ਲਾਂਭੇ ਕਰਨ ਲਈ ਕਿਸੇ ਵੀ ਪਾਰਟੀ ਨਾਲ ਹੱਥ ਮਿਲਾ ਸਕਦੇ ਹਾਂ। 4 ਮੁੱਖ ਪਾਰਟੀਆਂ, ਉਹਨਾਂ ਦਾ ਕਹਿਣਾ ਇਹ ਆ ਕਾਂਗਰਸ BJP ਆਪ ਅਤੇ ਅਕਾਲੀਆਂ ਨੂੰ ਛੱਡ ਕੇ ਹੋਰ ਸਾਰੀਆਂ ਪਾਰਟੀਆਂ ਨੂੰ ਖੁੱਲ੍ਹਾ ਸੱਦਾ ਆ, ਅਤੇ ਉਹਨਾਂ ਦਾ ਇਹ ਦਾਅਵਾ ਵੀ ਆ ਕਿ ਉਹ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਰਲਾ ਕੇ ਇੱਕ ਸਾਂਝਾ ਇਕੱਠ ਬਣਾਉਣਗੇ। ਅਤੇ ਇਸ ਵਾਰੀ ਜਿਹੜੀ ਸਰਕਾਰ ਆ ਉਹ ਕਿਸਾਨਾਂ ਨਾਲ ਭਾਈਵਾਲੀ ਵਿੱਚ ਬਣੇਗੀ। ਅਸੀਂ ਵੈਸੇ ਜੇ ਸੱਚ ਕਹਿ ਦਈਏ ਇਹ
ਕਿ ਅੰਦਰੋਂ ਇਹ ਚਾਹੁੰਦੇ ਆ ਕਿ ਜੇ ਤੀਜਾ ਬਦਲ ਮਿਲ ਜਾਏ, ਕਿਉਂਕਿ ਤੀਜੇ ਬਦਲ ਦੀ ਜਿਹੜੀ ਝਾਕ ਵਿੱਚੋਂ ਹੀ ਆਮ ਆਦਮੀ ਪਾਰਟੀ ਜਿਹੜੇ ਆ 2014 'ਚ ਪੈਰ ਲੱਗੇ ਸੀਗੇ, 2017 'ਚ ਵੱਡੀ ਜਿੱਤ ਮਿਲੀ ਸੀ, ਹੁਣ ਵੀ ਜਿਹੜਾ ਆ ਇਹ ਬਦਲਾਅ ਵਿੱਚੋਂ ਜੇ ਕਿਸਾਨ ਲੀਡਰਾਂ ਦੇ ਹੱਥ ਪੰਜਾਬ ਦੀ ਬਾਂਗਡੋਰ ਆ ਜਾਏ ਤਾਂ ਸ਼ਾਇਦ ਇੱਕ ਵਧੀਆ ਭਵਿੱਖ ਦੀ ਜਿਹੜੀ ਆ ਉਹ ਆਸ ਕੀਤੀ ਜਾ ਸਕਦੀ ਆ। ਸੋ ਰਲਾ ਮਿਲਾ ਕੇ ਜਿਹੜੀ ਆਪਾਂ ਕਹੀਏ ਪੰਜਾਬ ਦੀ ਸਿਆਸਤ ਆ, ਜਿਵੇਂ ਪਿਛਲੇ ਸਾਲ ਪੂਰੀ ਉੱਥਲ ਵਿੱਚ ਸੀ, ਕੜਮਾਸ ਮੱਚਿਆ ਹੋਇਆ ਸੀਗਾ, ਹੁਣ ਨਵਾਂ ਸਾਲ ਚੜ੍ਹਦੇ ਜਿਹੜਾ ਕੜਮਾਸਿਆ ਇਹ ਹੋਰ ਵੱਧ ਰਿਹਾ, ਜਿਹੜੀ ਉੱਥਲ ਪੁੱਥਲ ਆ ਹੋਰ ਵੱਧ ਰਹੀ ਆ। ਅਤੇ ਆਪਾਂ ਇਹ ਵੀ ਕਹਿ ਲਈਏ ਕਿ ਨਵੇਂ ਸਾਲ ਦੇ ਪਹਿਲੇ ਹਫ਼ਤੇ ਵਿੱਚ ਕਾਫ਼ੀ ਕੁਝ ਕਲੀਅਰ ਹੋ ਜਾਣਾ ਕਿ ਜਿਹੜੇ ਰਾਜਨੀਤਿਕ ਨੇਤਾ ਸਾਡੇ ਉਹਨਾਂ ਦੇ ਜਿਹੜੇ ਰੰਗ ਆ ਗਿਰਗਟ ਵਾਲੇ ਉਹ ਹੋਰ ਤੇਜ਼ੀ ਨਾਲ ਬਦਲਦੇ ਆ, ਹੋਰ ਗੂੜੇ ਹੁੰਦੇ ਆ। ਅਤੇ ਇੱਕ ਇਹ ਵੀ ਸਾਹਮਣੇ ਆ ਸਾਹਮਣੇ ਨਿਖਰ ਕੇ ਆ ਜਾਊਗਾ ਕਿ ਕੀ ਜੇ ਬਲਵੀਰ ਸਿੰਘ ਰਾਜੇਵਾਲ ਪੰਥਕ ਜਿਹੜੀ ਆ ਪੰਜਾਬ ਮੁਕਤੀ ਮੋਰਚਾ ਉਹਨਾਂ ਨਾਲ ਰਲਦੇ ਆ, ਆਮ ਆਦਮੀ ਪਾਰਟੀ ਜਿਹੜੀ ਆ ਆਪਣੇ ਤੌਰ 'ਤੇ ਇਲੈਕਸ਼ਨ ਲੜਦੀ ਆ, ਤਾਂ ਕੀ ਕਿੱਧਰੇ ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਨੂੰ ਲਾਭ ਤਾਂ ਨਹੀਂ ਹੋ ਜਾਂਦਾ। ਇੱਕ ਗੱਲ ਪੱਕੀ ਇਹ ਆ ਕਿ ਜੇ ਕਿਤੇ ਕਿਸਾਨਾਂ ਅਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਹੋ ਜਾਂਦਾ ਤਾਂ ਤੀਜੇ ਬਦਲ ਦੀ ਬਹੁਤ ਵੱਡੀ ਆਸ ਸੀ। ਅਤੇ ਤਿੰਨ ਰਵਾਇਤੀ ਪਾਰਟੀਆਂ ਜਿਵੇਂ ਆਪਾਂ ਅਕਾਲੀ, ਕਾਂਗਰਸ ਅਤੇ ਬੀਜੇਪੀ ਕਹਿ ਲਈਏ, ਇਹਨਾਂ ਨੂੰ ਖੋਰਾ ਲੱਗ ਜਾਣਾ ਸੀ। ਹੁਣ ਜਿਹੜੀ ਇਹਨਾਂ ਤੋਂ ਸਤੀ ਹੋਈ ਪਾਰਟੀ ਆ, ਇਹਨਾਂ ਤੋਂ ਦੁਖੀ ਹੋਈ ਜਿਹੜੀ ਆ ਵੋਟਰ ਆ, ਉਹ ਜੇ ਦੋ ਪਾਸਿਆਂ ਨੂੰ ਭੁਗਤਦੇ ਆ, ਕੁਝ ਕਿਸਾਨਾਂ ਦੇ ਹੱਕ ਵਿੱਚ ਅਤੇ ਦੂਜੇ ਆਪ ਦੇ ਹੱਕ ਵਿੱਚ, ਤਾਂ ਇਹ ਵੋਟ ਵੰਡੀ ਜਾਣੀ ਆ ਅਤੇ ਮੁੜ ਕੇ ਹੋ ਸਕਦਾ ਕਿ ਪੰਜਾਬ ਉਹਨਾਂ ਦੀ ਰਵਾਇਤੀ ਪਾਰਟੀਆਂ ਉਹਨਾਂ ਦੇ ਹੱਥ ਵਿੱਚ ਰਹਿ ਜਾਵੇ। ਪਰ ਇੱਥੇ ਮੈਂ ਇੱਕ ਗੱਲ ਕਹਿ ਦਾਂ ਕਿ ਜੇ ਆਪਾਂ ਕੁੱਲ ਸਿਨੇਰੀਓ 'ਤੇ ਨਜ਼ਰ ਮਾਰ ਲਈਏ ਤਾਂ ਚਾਹੇ ਕਾਂਗਰਸ ਜਿਹੜਾ ਆ ਉਹਦੇ ਵਿੱਚ ਇੱਕ ਤਕੜਾ ਕਲੇਸ਼ ਮਚਿਆ ਹੋਇਆ, ਪਰ ਫਿਰ ਵੀ ਜਿਹੜੀ ਉਹਦੀ ਹਾਲਤ ਆ, ਜਿਹੜੀ ਸਥਿਤੀ ਆ, ਉਹ ਦੂਜਿਆਂ ਨਾਲੋਂ ਕਿਤੇ ਬਿਹਤਰ ਆ, ਕਿਉਂਕਿ ਪਾਰਟੀ ਦੇ ਕੋਲ, ਕਾਂਗਰਸ ਕੋਲ ਇਤਨੇ ਜ਼ਿਆਦਾ ਜਿਹੜੇ ਪ੍ਰਭਾਵਸ਼ਾਲੀ ਨੇਤਾ ਆ, ਜਿਨ੍ਹਾਂ ਦਾ ਆਪਣਾ ਇੱਕ ਆਧਾਰ ਆ, ਜਿਨ੍ਹਾਂ ਦਾ ਆਪਣਾ ਇੱਕ ਲੋਕਾਂ 'ਚ ਹੈ ਇੰਪ੍ਰੈਸ਼ਨ ਹੈ। ਸੋ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਾਂਗੇ ਕਿ ਜੇ ਸਾਰੇ ਵੰਡੇ ਰਹੇ, ਜੇ ਆਮ ਆਦਮੀ ਪਾਰਟੀ, ਕਿਸਾਨ ਇੱਕ ਨਾ ਹੋਏ, ਤਾਂ ਤੀਜਾ ਬਦਲ ਦੀ ਥਾਂ ਜਿਹੜੀਆਂ ਪੁਰਾਣੀਆਂ ਰਵਾਇਤੀ ਪਾਰਟੀਆਂ ਉਹਨਾਂ ਦਾ ਦਾਅ ਲੱਗ ਸਕਦਾ। ਪਰ ਇਸ ਵੇਲੇ ਸਾਰੀਆਂ ਦੀ ਸਾਰੀਆਂ ਪਾਰਟੀਆਂ ਦੀ ਜਿਹੜੀ ਸਥਿਤੀ ਆ ਉਹ ਬੜੀ ਡਾਮਾਡੋਲ ਆ। ਸ਼੍ਰੋਮਣੀ ਅਕਾਲੀ ਦਲ ਵਿੱਚ ਚਾਹੇ ਦੂਜੀ ਪਾਰਟੀਆਂ ਦੇ ਮੁਕਾਬਲੇ ਘੱਟ ਬਗਾਵਤ ਆ, ਪਰ ਜਿਹੜਾ ਖੋਰਾ ਆ ਉਹ ਕਾਫ਼ੀ ਲੱਗ ਰਿਹਾ। ਦੂਜੇ ਬੰਨੇ ਇਹ ਕਹਿ ਦੇਵਾਂ ਕਿ ਅੰਦਰੂਨੀ ਤੌਰ 'ਤੇ ਚਾਹੇ ਅਕਾਲੀ ਦਲ ਨੂੰ ਘੱਟ ਸੰਕਟ ਖੜ੍ਹਾ, ਪਰ ਜਿਹੜੇ ਲੋਕ ਆ ਉਹ ਉਹਨਾਂ ਨੂੰ ਅਪਣਾਉਣ ਲਈ ਤਿਆਰ ਨਹੀਂ। ਪਰ ਇਹ ਤੋਂ ਅਗਾਂਹ ਜਾ ਕਹਿ ਦਾਂ ਕਿ ਬੇਅਦਬੀ ਦੀਆਂ ਘਟਨਾਵਾਂ ਕਾਰਨ ਅਕਾਲੀਆਂ ਪ੍ਰਤੀ ਲੋਕਾਂ ਦੇ ਮਨਾਂ ਵਿੱਚ ਜਿਹੜੀ ਆ ਉਹ ਨਫ਼ਰਤ ਆ। ਅਤੇ ਸ਼੍ਰੋਮਣੀ ਅਕਾਲੀ ਦਲ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਸਰਗਰਮ ਆ, ਪਰ ਇਹ ਜਿਹੜਾ ਇੱਕ ਪਾੜਾ ਆ, ਇੱਕ ਜਿਹੜਾ ਨਫ਼ਰਤ ਆ, ਜਿਹੜਾ ਇੱਕ ਦੂਰੀ ਆ, ਇਹ ਹਾਲ ਦੀ ਘੜੀ ਮਿਟਦੀ ਨਜ਼ਰ ਨਹੀਂ ਆ ਰਹੀ। ਸੋ ਅਗਲੇ ਦਿਨੀ ਕੀ ਹੁੰਦਾ ਇਹ ਜਿਹੜਾ ਤੁਹਾਡੇ ਸਾਹਮਣੇ ਆ ਜਾਣਾ। ਪਰ ਫਿਰ ਵੀ ਆਹ ਜਿਹੜਾ ਇੱਕ ਹਫ਼ਤਾ ਆ ਇਹ ਬੜਾ ਅਹਿਮ ਆ, ਕਿਉਂਕਿ ਇੱਕ ਤਾਂ ਜਿਹੜਾ ਆ ਇਹਨਾਂ ਦਿਨਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਆ, ਉਹਨਾਂ ਦੇ ਨਾਲ ਕੌਣ ਜਾਂਦਾ ਕੌਣ ਰਹਿੰਦਾ ਇਹ ਸਾਰਾ ਸਪਸ਼ਟ ਹੋ ਜਾਣਾ। ਦੂਜਾ, ਜੇ ਜੇ ਕਿਸਾਨਾਂ ਦਾ ਕਿਸੇ ਧਿਰ ਨਾਲ ਸਮਝੌਤਾ ਹੁੰਦਾ ਤਾਂ ਉਹ ਵੀ ਇਸ ਹਫ਼ਤੇ ਸਿਰ ਚੜ੍ਹਨਾ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਤੋਂ ਬਾਅਦ ਕਿਸੇ ਵੇਲੇ ਵੀ ਚੋਣ ਜਾਬਤਾਰੇ ਲੱਗਣ ਦੀ ਸੰਭਾਵਨਾ ਆ। ਪਰ ਫਿਰ ਮੈਂ ਇੱਕ ਗੱਲ ਜਿਹੜੀ ਆ ਦੁਬਾਰਾ ਕਹਿ ਦਾਂ ਕਿ ਚੋਣਾਂ ਸਿਰ 'ਤੇ ਹਨ, ਤੁਸੀਂ ਨਵੀਂ ਸਰਕਾਰ ਚੁਣਨੀ ਆ, ਤੁਸੀਂ ਆਪਣੇ ਜਿਹੜੀ ਮੁਲਕ ਦੀ, ਸੂਬੇ ਦੀ ਜਿਹੜੀ ਬਾਂਗਡੋਰ ਆ ਉਹ ਕਿਹਦੇ ਹੱਥ ਫੜਾਉਣੀ ਆ, ਇਹ ਤੁਸੀਂ ਜ਼ਰੂਰ ਧਿਆਨ ਨਾਲ ਸੋਚਣਾ, ਗੰਭੀਰਤਾ ਨਾਲ ਸੋਚਣਾ। ਪਰ ਕਿਸਾਨ ਜਿਹੜੇ ਆ ਇੱਕ ਵੱਡੀ ਧਿਰ ਉਹ ਵੀ ਕਹਿਣ ਲੱਗੀ ਆ ਕਿ ਅਸੀਂ ਇਸ ਵਾਰੀ ਜਿਹੜੀ ਵੋਟ ਜਿਹੜੀ ਆ ਮੋਹਰ ਆ ਉਹ ਨੋਟਾਂ 'ਤੇ ਲਾਉਣੀ ਆ। ਬਾਵਜੂਦ ਇਹਦੇ ਤੁਸੀਂ ਸਿਆਸਤ ਵਿੱਚ ਹਿੱਸਾ ਲੈਂਦੇ ਹੋਏ ਆਪਣੇ ਜਿਹੜਾ ਫੰਡਾਮੈਂਟਲ ਰਾਈਟ ਆ ਉਹਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਸਚੇਤ ਰਹੋ ਕਰੋਨਾ ਤੋਂ, ਓਮੀਕਰੋਨ ਤੋਂ, ਕਿਉਂਕਿ ਜਿਨ੍ਹਾਂ ਦੇ ਘਰਾਂ ਵਿੱਚ ਪਿਛਲੇ ਸਾਲ 70 ਵਿਸ਼ੇ ਆ ਉਹਨਾਂ ਦੇ ਦਿਲਾਂ 'ਤੇ ਕੀ ਬੀਤ ਰਹੀ ਆ ਇਹ ਉਹ ਹੀ ਜਾਣਦੇ ਆ। ਮੁੜ ਅਦਾਰਾ ਦਾ ਖਾਲਸ ਟੀ ਵੀ ਵੱਲੋਂ ਤੁਹਾਨੂੰ ਇਹ ਨਸੀਹਤ ਕਹਿ ਲਓ, ਅਪੀਲ ਕਹਿ ਲਓ, ਰਿਕੁਐਸਟ ਕਹਿ ਲਓ ਕਿ ਤੁਸੀਂ ਪਲੀਜ਼ ਕਰੋਨਾ ਅਤੇ ਓਮੀਕਰੋਨ ਦਾ ਜਿਹੜਾ ਧਿਆਨ ਆ ਉਹ ਜ਼ਰੂਰ ਰੱਖਣਾ ਆਪਣੇ ਫੰਡਾਮੈਂਟਲ ਰਾਈਟ ਦੀ ਵਰਤੋਂ ਕਰਦੇ ਹੋਏ। ਸੋ ਅੱਜ ਜਿਹੜਾ ਖਾਲਸ ਸਪੈਸ਼ਲ ਆ ਉਹ ਇੰਨਾ ਹੀ ਕਾਫੀ। ਮੁੜ ਤੁਹਾਨੂੰ ਮੈਂ ਨਵੇਂ ਸਾਲ ਦੀ ਦਿਨ ਮੁਬਾਰਕਬਾਦ ਦਿੰਦਾ ਹਾਂ। ਤੁਸੀਂ ਮੈਨੂੰ ਕਮਲਜੀਤ ਸਿੰਘ ਬਣਾਇਆ ਨੂੰ ਦਿਓ ਇਜਾਜ਼ਤ, ਕੱਲ੍ਹ ਨੂੰ ਮਿਲਾਂਗੇ ਇੱਕ ਨਵੀਂ ਚਰਚਾ ਦੇ ਨਾਲ। ਤੁਹਾਡਾ ਆਪਣਾ ਕਮਲਜੀਤ ਸਿੰਘ ਬਣਾਇਆ, ਸਤਿ ਸ਼੍ਰੀ ਅਕਾਲ, ਸ਼ੁਕਰੀਆ, ਮਿਹਰਬਾਨੀ।